ਤੇ ਮੈਂ ਬੇਨਤੀ ਕਰਾਂ ਉਸ ਤੋਂ ਪਹਿਲਾਂ ਵੀ ਜਥੇ ਲੱਗੇ ਹੋਣਗੇ, ਬਾਅਦ ਦੇ ਵਿੱਚ ਵੀ ਜਥਿਆਂ ਨੇ ਹਾਜ਼ਰੀ ਭਰਨੀ ਹੈ। ਇਹ ਜਿਤਨਾ ਸਮਗਰ ਹੈ, ਕਥਾ ਹੈ, ਕੀਰਤਨ ਹੈ, ਜਵੀਸ਼ਰੀ ਹੈ, ਢੱਡ ਸਰੰਗੀ ਨਾਲ ਵਾਰਾਂ ਗਾਉਣੀਆਂ ਨੇ, ਕੀਰਤਨ ਹੈ, ਇਹ ਸਭ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਹੈ। ਆਪਾਂ ਦੀ ਉਸਤਤ ਕਰ ਰਹੇ ਔਰ ਜਿਨ੍ਹਾਂ ਦੀ ਯਾਦ ਵਿੱਚ ਅੱਜ ਆਪਾਂ ਬੈਠੇ ਜੁੜ ਬੈਠੇ ਹਾਂ, ਜਿਸ ਯੋਧੇ ਮਹਾਂਬਲੀ ਜਰਨੈਲ ਨੂੰ ਯਾਦ ਕਰ ਰਹੇ ਹਾਂ, ਉਹਦੀ ਵੀ ਵਡਿਆਈ ਕਰ ਰਹੇ ਹਾਂ। ਸੋ ਇਸ ਕਰਕੇ ਇਸ ਗੱਲ ਨੂੰ ਜ਼ਰੂਰ ਧਿਆਨ 'ਚ ਰੱਖਿਓ ਜੇ ਵੀ ਜਿਵੇਂ ਅਕਾਲ ਪੁਰਖ ਪਰਮੇਸ਼ਰ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ, ਉਹਦੀ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਜਦੋਂ ਮੈਂ ਸ਼ਾਸਤਰਾਂ ਦਾ ਅਧਿਐਨ ਕਰਦਾ ਸੀ, ਉਹਦੇ 'ਚ ਇੱਕ ਬਚਨ ਹੁੰਦਾ ਹੈ, ਬਹੁਤੇ ਲੋਕ ਤਾਂ ਮੈਨੂੰ ਧਾਮ ਸੋਟੇ ਵਾਲਾ ਹੀ ਸਮਝਦੇ ਨੇ, ਵੀ ਤਾਂ ਲੜੂ ਲੜਨ ਵਾਲਾ ਹੀ ਹੈ, ਤਾਂ ਕੁਥਾ ਕਿਤੇ ਹੁੰਦੀ ਹੋਣੀ ਹੈ। ਮੈਂ ਪ੍ਰਚਾਰਕ ਹੀ ਸੀ ਭਾਈ, ਇਸ ਪਾਸੇ ਮਹਾਰਾਜ ਦੀ ਮੌਜ ਜਦੋਂ ਮੈਂ ਵਿਦਿਆ ਦਾ ਧਿਆਨ ਕਰਦਾ ਸੀ ਤੇ ਸ਼ਾਸਤਰਾਂ 'ਚ ਬਚਨ ਹੁੰਦਾ, ਅਸਤ ਕਿਰਸਮ ਸਿਆਤ ਤਾਂ ਧਰਮ ਸਿੰਧੂ ਪ੍ਰਾਤੇ ਸੁ ਤਰਲ ਸਾਥਾ ਲੇਖਣੀ ਪੱਤਰੰ ਉਰਵਿੰਗ ਲੇਖਣੀ ਗ੍ਰਿਤ ਵਾ ਸਾਧਾ ਸਮਕਾਲੀ ਤਾਂ ਧੀ ਤਾਂ ਗੁਲਾਨਾ ਇਸ ਪਾਰ ਯਾਤੇ। ਬਹੁਤਿਆਂ ਨੂੰ ਤੇ ਇਹ ਘੜੇ 'ਚ ਪਾਏ ਹੋਏ ਲੋੜ ਖੜਕਾਉਣ ਵਾਂਗੂ ਵੀ ਲੱਗੇ ਤੇ ਗਾ। ਹੁਣ ਇਹਦਾ ਅਰਥ ਜੇ ਕਰਨਾ ਹੋਵੇ, ਚਲੋ ਇਹਦੇ ਅਰਥ ਵੀ ਆਪਾਂ ਕਰ ਸਕਦੇ ਹਾਂ, ਪਰ ਇਹੀ ਖਜ਼ਾਨਾ, ਥੋੜ੍ਹਾ ਜਿਹਾ ਵਿਸ਼ਾ ਤਾਂ ਨਹੀਂ ਸਮਝਿਓ, ਇਹੀ ਖਜ਼ਾਨਾ ਜਿਹਨੂੰ ਸੰਸਕ੍ਰਿਤ ਭਾਸ਼ਾ 'ਚ ਪੜ੍ਹਨਾ ਪੈਂਦਾ ਸੀ, ਰੱਬ ਦੀ ਗੱਲ ਸੰਸਕ੍ਰਿਤ 'ਚ ਪੜ੍ਹਨੀ ਪੈਂਦੀ ਸੀ, ਸ਼ੂਦਰ ਸੁਣ ਨਹੀਂ ਸੀ ਸਕਦਾ, ਪੜ੍ਹ ਨਹੀਂ ਸੀ ਸਕਦਾ, ਕਈ ਵਰਨਾਂ ਦੇ ਲੋਕਾਂ ਨੂੰ ਮਨਾਈ ਸੀ, ਕੇਵਲ ਬ੍ਰਾਹਮਣ ਸੋਨੇ ਪੜ੍ਹੇ। ਉਹੀ ਖਜ਼ਾਨਾ ਕਲਗੀਧਰ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਆ ਤੁਹਾਨੂੰ ਹੈ, ਉਹੀ ਵੀ ਤੁਹਾਨੂੰ ਦੂਜੇ ਧਰਮਾਂ ਜਾ ਕੇ ਤੁਸੀਂ ਕਿਉਂਕਿ ਪੜ੍ਹਾਉਂਦੇ, ਮੈਨੂੰ ਪਤਾ ਹੈ ਜਦੋਂ ਅਸੀਂ ਵਿੱਦਿਆ ਲਈ ਹੈ ਕਿਹੜੇ ਹਾਲਾਂ ਨਾਲ ਤਰਲੇ ਕੱਢਣੇ ਪੈਂਦੇ, ਕਿ ਅਵਦਾਂਤ ਦੇ ਗ੍ਰੰਥ ਪੜ੍ਹਦੇ ਨੇ ਪੜ੍ਹਾ, ਸਾਨੂੰ ਪਤਾ। ਹੁਣ ਜੇ ਆਪ ਲੰਘ ਦਈਏ ਤਾਂ ਤੁਸੀਂ ਹੋਰ ਪਾਸੇ ਲੈ ਕੇ ਜਾਣਗੇ, ਸਾਨੂੰ ਪਤਾ ਸਾਨੂੰ ਕੀ ਕੁਝ ਕਰਨਾ ਪਿਆ। ਅੱਜ ਕੱਲ੍ਹ ਤਾਂ ਨਹੀਂ ਹੈ ਵਿਦਿਆਰਥੀਆਂ ਦੇ ਵਿੱਚ ਇੰਨਾ ਚਾਅ ਵਿੱਦਿਆ ਪੜ੍ਹਨ ਦਾ, ਕਿਉਂਕਿ ਸਾਡੀ ਸਿਰ 'ਤੇ ਹੱਥ ਸੀ ਸਾਡੇ ਸੰਦਗਿਆਂ ਦੀ, ਇੰਦਰਜੀਤ ਸਿੰਘ ਦੀ ਮਹਾਂਪੁਰਖ ਰੱਬੇ ਵਾਲਿਆਂ ਨਾਲ, ਉਹਨਾਂ ਦੇ ਵਿਦਿਆਰਥੀ ਸੀ, ਉਹਨਾਂ ਵਜੋਂ ਸਿੱਖਿਆ। ਇਹੀ ਗੱਲ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਕਾਗਦ ਦੀਪ ਸਭੈ ਕਰਕੇ ਸਾਤ ਸਮੁੰਦਰਨ ਕੀ ਮਸ ਕਹਿ ਹੋ। ਗੱਲ ਉਹੀ ਹੈ ਜਿਹੜੀ ਮੈਂ ਸੰਸਕ੍ਰਿਤ 'ਚ ਬੋਲੀ ਹੈ, ਹਸਤਗਿਰ ਸਮੁਸਿਆਤ ਭਜਨ ਸਿੰਧੂ ਕਰਦੇ ਸੋ ਧਰਮ ਸਾਖਾ। ਗੱਲ ਉਹੀ ਹੈ, ਸਮਝ ਉਹੀ ਆਏਗੀ ਅਰਥ ਕਰਤਾ। ਕਹਿੰਦੇ ਕਾਗਦ ਦੀਪ ਸਭੈ ਕਰਕੇ ਔਰ ਸਾਤ ਸਮੁੰਦਰਨ ਕੀ ਮਸ ਕਹਿ ਹੋ, ਕਾਟ ਬਨਾਸਪਤੀ ਸਗਰੀ ਲਿਖਦੇ ਹੋ ਕੇ ਲੇਖਣ ਕਾਜ ਬਣੇ ਹੋ, ਸਾਰ ਸੁਤੀ ਬਖਤਾ ਕਰਤਿਆ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤੋ ਤੁਮ ਕੋ ਪ੍ਰਭ ਨੈ ਕਰੇ ਜੈ ਹੋ। ਮੇਰੇ ਪਾਤਸ਼ਾਹ ਕਹਿੰਦੇ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ,
ਸਮੁੰਦਰ ਨੂੰ ਸਿਆਹੀ ਬਣਾ ਲਿਆ ਜਾਵੇ, ਬਲਾਸਪਤੀ ਨੂੰ ਕੱਟ ਕੱਟ ਕੇ ਕਰਮਾ ਬਣਾ ਲਿਆ ਜਾਵੇ, ਸਰਸਵਤੀ ਵਿਦਿਆ ਦੀ ਦੇਵੀ ਮੰਨੀਆਂ ਓਮ ਨਮੋ ਸਾਰਦਾ ਸਵਸਥ। ਜਦੋਂ ਕਿਤੇ ਪੜ੍ਹਨ ਜਾਓ ਤੇ ਉੱਥੇ ਵਿਦਿਆ ਦੇ ਵਿੱਚ ਸਰਸਵਤੀ ਦਾ ਮੰਗਲ ਕਰਦੇ ਨੇ ਵੀ ਉਹਨੂੰ ਵਿਦਿਆ ਦੀ ਦੇਵੀ ਮੰਨਿਆ। ਕਹਿੰਦੇ ਇਹ ਲਿਖਾਣ ਲੱਗ ਜਾਵੇ ਤੇ ਗਣੇਸ਼ ਨੂੰ ਲਖਾਰੀ ਮੰਨਿਆ ਗਿਆ। ਕਹਿੰਦੇ ਇਹ ਲਿਖਣ ਲੱਗ ਜਾਵੇ, ਉਹ ਲਖਾਣ ਲੱਗ ਜਾਵੇ। ਕਹਿੰਦੇ ਇਹ ਪਰਮੇਸ਼ਰ ਅਕਾਲ ਪੁਰਖ, ਕਹਿੰਦੇ ਧਰਤੀ ਮੁੱਕ ਜਾਏਗੀ, ਕਲਮ ਮੁੱਕ ਜਾਏਗੀ, ਸਿਆਹੀ ਮੁੱਕ ਜਾਏਗੀ, ਗਣੇਸ਼ ਤੇ ਸਰਸਵਤੀ ਵੀ ਚਲੇ ਜਾਣਗੇ, ਪਰ ਤੇਰੀ ਉਸ ਤੱਕ ਨਹੀਂ ਕਦੇ ਮੁੱਕ ਸਕਦੀ। ਲੱਜ ਕੇ ਆਪ ਸਤਿ ਆਪ ਸਿੰਘ ਬਾਣੀ ਬੋਲ ਸ਼ੇਸ਼ ਨਾਮ ਸਿੰਘ ਸਹਿਸ ਬਣਾਈ ਦੁਆ ਸਾਨੂੰ ਸਰ ਸਮਾਹ ਸੁਹਾਈ, ਨਾਮ ਰਟਨ ਅਬ ਲਗੇ ਅਪਾਰਾ ਤੁਮਰੋ ਤੋ ਨਾ ਪਾਪ ਤਪਾਰਾ। ਇੱਕ ਪਿਛੇ ਚ ਦੋ ਦੋ ਯਾਰ ਨਾਲ ਇਸੇ ਤਰ੍ਹਾਂ ਮੈਂ ਬੇਨਤੀ ਤਾਂ ਕੀਤੀ ਹੈ ਵੀ ਜੇ ਉਹ ਅਕਾਲ ਪੁਰਖ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਉਹਦੇ ਪਿਆਰਿਆਂ ਦਾ ਅੰਤ ਕਿੱਥੋਂ ਪਾ ਲਵਾਂਗੇ। ਕਿਉਂਕਿ ਹਰ ਕਾ ਦਾਸ ਸੋ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਵੇਂ ਆਪਾਂ ਕਹਿੰਦੇ ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਪਾਣੀ ਦੀ ਬੂੰਦ ਜਦੋਂ ਤੱਕ ਵੱਖਰੀ ਹੈ ਉਹ ਬੂੰਦ ਹੈ, ਜਦੋਂ ਪਾਣੀ ਚ ਸਮਾ ਗਈ ਉਹ ਬੂੰਦ ਨਹੀਂ ਰਹੇਗੀ, ਉਹ ਸਾਗਰ ਬਣ ਜਾਏਗੀ। ਇਸੇ ਤਰ੍ਹਾਂ ਜਿਸ ਮਹਾਂਪੁਰਖ ਦੀ ਯਾਦ ਪੇ ਮਨਾਉਂਦੇ ਹੋ ਉਹ ਜਿਵੇਂ ਪਰਮੇਸ਼ਰ ਦੀ ਵਡਿਆਈ ਦਾ ਅੰਤ ਨਹੀਂ ਪਾ ਸਕਦਾ, ਉਹ ਮੇਰੇ ਵਰਗੇ ਲੱਖਾਂ ਪ੍ਰਚਾਰਕ ਦੁਨੀਆਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਆਉਣਗੇ, ਉਹ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵਡਿਆਈ ਨਹੀਂ ਖਤਮ ਹੋ ਸਕਦੀ। ਉਹ ਰੂਪ ਨੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਨੇ,